ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗਰੁੱਪ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਈਟੀਟੀ ਛਾੜ 35 ਵਾਸਤੇ ਇੱਕ ਨਵਾਂ ਨੋਟਿਸ ਆਇਆ ਜੀ ਕੀ ਨੋਟਿਸ ਆ ਅੱਜ ਯੂਜ਼ਰ ਵਾਲੇ ਗੱਲ ਕਰਾਂਗੇ ਜੀ ਆਪਾਂ ਫੁੱਲ ਡਿਟੇਲ ਦੇ ਵਿੱਚ ਚਲੋ ਆਪਾਂ ਚੱਲਦੇ ਹਾਂ ਜੀ ਮੇਨ ਨੋਟਿਸ ਤੇ ਹਾਂ ਨੋਟਿਸ ਤੁਸੀਂ ਦੇਖ ਸਕਦੇ ਹੋ ਜੀ ਕਿਹੜਾ ਨੋਟਿਸ ਹੈ ਜੀ ਇਹ ਜਿਹੜਾ ਈਟੀਟੀ ਕੈਡਰ 635 ਪੋਸਟਾਂ ਨੇ ਜੀ ਉਹਦੇ ਬਾਰੇ ਹੈ ਜੀ ਇਹ ਇਹ ਕਹਿੰਦੇ ਇਹਦੀ ਜਿਹੜਾ ਤੀਜਾ ਸਾਰਾ ਕੁਝ ਕੰਪਲੀਟ ਹੋ ਚੁੱਕਿਆ ਸੀ ਜੀ ਤੇ ਡਾਕੂਮੈਂਟ ਸਿਕਿਉਰਿਟੀ ਨਹੀਂ ਪੀ ਦੀ ਹੋ ਚੁੱਕੀ ਆ 28 12 ਤੋਂ 19 1 2022 ਤੱਕ ਠੀਕ ਹੈ ਤੇ ਕੁਝ ਬੱਚੇ ਜਿਹੜੇ ਡਾਕੂਮੈਂਟ ਸਿਕਿਉਰਿਟੀ ਨਹੀਂ ਦੇ ਵਿੱਚ ਗੈਰ ਹਾਜ਼ਰ ਤੇ ਜੀ ਠੀਕ ਹੈ ਜੀ ਉਹਨਾਂ ਵਾਸਤੇ ਨਵਾਂ ਮੌਕਾ ਦਿੱਤਾ ਜਾ ਰਿਹਾ ਜੀ ਉਹ ਹੁਣ ਵੀ ਜਿਹੜੇ ਉਹ ਬੱਚੇ ਨੇ ਜਿਹੜੇ ਜਿਹੜੇ ਠੀਕ ਹੈ ਜੀ ਨਹੀਂ ਆ ਪਾਏ ਤੇ ਜੀ ਡਾਕੂਮੈਂਟ ਸਿਕਿਉਰਿਟੀ ਨਹੀਂ ਦੇਣ ਉਹ ਹੁਣ 24 ਤਰੀਕ ਨੂੰ ਤੇ 25 ਤਰੀਕ ਨੂੰ ਠੀਕ ਹੈ ਦੋ ਤਰੀਕਾਂ ਦਿੱਤੇ ਗਏ ਦੋ ਦਿਨ ਜੀ ਆਹ ਹਾਂ ਤੁਸੀਂ ਦੇਖ ਸਕਦੇ ਹੋ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਇੱਥੇ ਪਹੁੰਚ ਸਕਦੇ ਹੋ ਤੁਸੀਂ ਤੇ ਡਾਕੂਮੈਂਟ ਸੈਕਿਉਰਿਟੀ ਲਈ ਬੁਲਾਇਆ ਗਿਆ ਤੁਸੀਂ ਹੁਣ ਜਿਹੜੇ ਜਿਹੜੇ ਨਹੀਂ ਉਮੀਦਵਾਰ ਪਹੁੰਚ ਸਕੇ ਤੇ ਉਹ ਹੁਣ ਪਹੁੰਚ ਸਕਦੇ ਨੇ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਆਹ ਲਿਸਟ ਹੈ ਜਿਹੜੀ ਮਿਤੀ 24 ਨੂੰ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਜਿਹੜੇ ਉਮੀਦਵਾਰਾਂ ਦੇ ਅੰਕ ਇਹ ਹਿਸਾਬ ਨਾਲ ਨੇ ਤਿੰਨ ਪੇਜ ਨੇ ਜੀ ਇਹ ਤੇ 25 ਤਰੀਕ ਨੂੰ ਆਹ ਅੰਕ ਵਾਲੇ ਪਹੁੰਚਣਗੇ ਜੀ ਠੀਕ ਹੈ ਮਤਲਬ ਤੁਸੀਂ ਆ ਡਿਟੇਲ ਨਾਲ ਦੇਖ ਲੈਣਾ ਜਿਹੜੇ ਜਿਹੜੇ ਬੱਚੇ ਨਹੀਂ ਪਹੁੰਚ ਸਕੇ ਸਿਰਫ ਉਹਨਾਂ ਉਹਨਾਂ ਵਾਸਤੇ ਚਾਂਸ ਹੈ ਜਿੱਕ ਓਪਨ ਕੈਟਾਗਰੀ ਤੁਸੀਂ ਦੇਖ ਸਕਦੇ ਹੋ 65 ਤੋਂ ਉੱਪਰ ਉੱਪਰ ਠੀਕ ਹੈ ਜੀ ਤੇ ਬਾਕੀ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਬੱਚੇ ਡਾਕੂਮੈਂਟ ਸਿਕਿਉਰਿਟੀ ਨਹੀਂ ਦੇ ਆਏ ਤੇ ਦੇ ਕੇ ਨਹੀਂ ਆਏ ਠੀਕ ਹੈ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਠੀਕ ਹੈ ਡਾਕੂਮੈਂਟ ਸਿਕਿਉਰਿਟੀ ਨਹੀਂ ਜਿਹੜੇ ਜਿਹੜੇ ਬੱਚੇ ਨਹੀਂ ਗਏ ਉਹ ਹੁਣ ਉਹਨਾਂ ਵਾਸਤੇ ਸੁਨਹਿਰੀ ਮੌਕਾ ਜੀ ਇੱਕ ਤਰੀਕੇ ਦਾ ਹੈ ਤਾਂ ਇਹ ਪਹੁੰਚ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਧੀ ਲੱਗੇ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ